पुलिस अधिकारी सरबजीत सिंह बाजवा ने दसिया कि बीती 29 तरीक नूं चार दोषियों वल्लों पिस्तौल दी नौक उत्ते एक कार खोई गई सी, जिस उत्ते पुलिस ने टीम बना के तीन दोषियों नूं गिरफ्तार कर लिया है, जिन्हां दी पहचान गुरप्रीत, जतिंदर अते कुणाल कोहली दे रूप विच होई है। इन्हां वल्लों खोई हुई गड्डी भी बरामद कर ली गई है। जानकारी मुताबक इन्हां वल्लों कार दा रंग बदल के ऐशप्रस्ती कीती जा रही सी। पुलिस दा कहना है कि चौथा इन्हां दा साथी राजा इस वारदात दा मेन दोषी है, जिस नूं गिरफ्तार करन लई पुलिस वल्लों छापेमारी कीती जा रही है। इहदे जिस तरह होया सीगा 29 तरीक नूं ना 29/5 नूं रात 11 बजे एक गड्डी स्नैच हो गई सी। एक गड्डी सीगी हांडा एमएस नंबर इहदा PV02DP7194। दो मोटरसाइकलां दे चार व्यक्ति आए सी ते गन पॉइंट ते इहदों जिहड़ा गड्डी दा मालक सीगा मयंक नंदा ਇਹਦੇ ਕੋਲ ਗੱਡੀ ਸਨੈਚ ਕਰਕੇ ਲੈ ਗਈ ਸੀ। ਸਨੈਚਿੰਗ ਹੋਣ ਤੋਂ ਬਾਅਦ ਫਿਰ ਅਸੀਂ ਇੱਕ ਟੀਮ ਬਣਾਈ ਜਿਹਦੇ ਵਿੱਚ SHO ਰਣਜੀਤ ਐਵਨਿਊ, ਸ਼੍ਰੀ ਰੋਗਨ ਹੰਸ ਅਤੇ ਬਾਕੀ ਇਹਨਾਂ ਦੇ ਮੁਲਾਜ਼ਮ, ਠੀਕ ਹੈ। ਇਹ ਸਾਰੀ ਟੀਮ ਨੇ ਕਾਫੀ ਮਿਹਨਤ ਕੀਤੀ, ਕਾਫੀ ਮਿਹਨਤ ਕਰਨ ਤੋਂ ਬਾਅਦ ਇਹ ਬੰਦੇ ਜਿਹੜੇ ਸੀ ਟਰੇਸ ਕੀਤੇ, ਪਹਿਲਾਂ ਨੋਮੀਨੇਟ ਕੀਤੇ ਵੀ ਕਿਹੜੇ ਬੰਦਿਆਂ ਨੇ ਖੋਈ ਹੈ, ਫਿਰ ਉਹਨਾਂ ਨੂੰ ਅਰੈਸਟ ਕੀਤਾ। ਉਹ 'ਚੋਂ ਤਿੰਨ ਦੋਸ਼ੀ ਜਿਹੜੇ ਸਾਡੇ ਅਰੈਸਟ ਹੋ ਗਏ। ਇਹਨਾਂ ਵਿੱਚ ਜਿਹੜੇ ਤਿੰਨ ਦੋਸ਼ੀ ਅਰੈਸਟ ਹੋਏ ਸੀ, ਗੁਰਪ੍ਰੀਤ ਸਿੰਘ ਸਾਹਿਬ ਇਹ ਸੁਲਤਾਨਵਿੰਡ ਰੋਡ ਦਾ, ਦੂਜਾ ਜਤਿੰਦਰ ਉਰਫ ਜੱਜ ਇਹ ਵੀ ਸੁਲਤਾਨਵਿੰਡ ਰੋਡ ਦਾ, ਤੀਜਾ ਕੁਨਾਲ ਕੋਹਲੀ ਇਹ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਲਾਗੇ ਗੁਰੂ ਨਾਨਕ ਪੁਰੇ ਦਾ। ਤਿੰਨੇ ਦੋਸ਼ੀ ਅਰੈਸਟ ਹੋ ਗਿਆ। ਜਿਹੜੀ ਗੱਡੀ ਸਨੈਚ ਹੋਈ ਸੀਗੀ ਹਾਂਡਾ ਇਮੇਜ, ਉਹ ਗੱਡੀ ਵੀ ਬਰਾਮਦ ਹੋ ਗਈ ਆ, ਪਰ ਗੱਡੀ ਦੇ ਉੱਤੇ ਇਹਨਾਂ ਨੇ ਜਿਹੜਾ ਸੀ ਕਲਰਿੰਗ ਕਰ ਦਿੱਤਾ ਸੀ। ਗੱਡੀ ਵਾਈਟ ਕਲਰ ਦੀ ਸੀ ਪਰ ਇਹਨਾਂ ਨੇ ਬਲੈਕ ਕਲਰ ਉੱਤੇ ਕਰ ਲਿਆ, ਅਤੇ ਗੱਡੀ ਦਾ ਜਦੋਂ ਗੱਡੀ ਬਰਾਮਦ ਹੋਈ ਉਹ ਨੰਬਰ ਚੇਂਜ ਕੀਤਾ, ਗੱਡੀ ਨੂੰ ਰੋਂਗ ਨੰਬਰ ਲਾਇਆ ਸੀ। ਗੱਡੀ ਖੋਹਣ ਦਾ ਮਕਸਦ, ਗੱਡੀ ਖੋਹ ਕੇ ਮੁੜ ਕੇ ਜਿਹੜਾ ਇਹਨਾਂ ਦਾ ਇੱਕ ਦੋਸ਼ੀ ਰਹਿੰਦਾ ਅਰੈਸਟ ਹੋਣ ਵਾਲਾ ਰਾਜਾ, ਮੇਨ ਅਕਿਊਜ਼ ਨੂੰ ਅਸੀਂ ਮੰਨ ਸਕਦੇ ਹਾਂ, ਕਿਉਂਕਿ ਪਹਿਲਾਂ ਵੀ ਉਹਦੇ 'ਤੇ ਇੱਕ ਦੋ ਪਰਚਾ ਦਰਜ ਸੀ ਜਿਹਦੇ ਵਿੱਚ ਉਹ ਬੇਰੋਟ ਸੀ, ਥੋੜ੍ਹੇ ਦਿਨ ਪਹਿਲਾਂ ਹੀ ਬੇਰੋਟ ਹੋਇਆ। ਇਹ ਜਿਹੜੇ ਬਾਕੀ ਤਿੰਨ ਨੇ, ਇਹਨਾਂ ਦੇ ਪਹਿਲਾਂ ਕੋਈ ਪਰਚਾ ਦਰਜ ਨਹੀਂ, ਨਵੇਂ ਉਹਦੇ ਨਾਲ ਚੱਲੇ ਨੇ। ਖੋਹ ਕੇ ਗੱਡੀ ਇਹਨਾਂ ਨੇ ਪ੍ਰਿਲਿਮਨਰੀ ਇਨਕੁਆਇਰੀ 'ਚ ਐਂ ਲੱਗਦਾ ਵੀ ਜਿਸ ਤਰ੍ਹਾਂ ਇਹਨਾਂ ਨੇ ਐਸ਼ਪ੍ਰਸਤੀ ਕਰਨ ਵਾਸਤੇ ਗੱਡੀ ਖੋਈ, ਗੱਡੀ ਖੋਹ ਕੇ ਘੁੰਮਾ ਫਿਰਾਂਗੇ ਜਾਂ ਬਾਅਦ ਵਿੱਚ ਗੱਡੀ ਵੇਚ ਦਿਆਂਗੇ, ਇਸ ਤਰੀਕੇ ਦੇ ਨਾਲ ਹੀ ਖੋਈ ਇਹਨਾਂ। ਬਿਲਕੁਲ CCTV ਸਾਡੇ ਕੋਲ ਹੈਗੀ ਆ, CCTV ਦੇ ਮੁਤਾਬਕ ਹੀ ਅੱਗੇ ਫਿਰ ਗਾਂ ਦੀ ਗਾਂ ਇਹਨਾਂ ਦੇ ਦੋ ਜਿਹੜਾ ਗੱਡੀ ਦਾ ਓਨਰ ਸੀਗਾ ਉਹਦੇ ਦੋ ਮੋਬਾਈਲ ਸੀ ਵਿੱਚ, ਉਹ ਮੋਬਾਈਲ ਵੀ ਨਾਲ ਹੀ ਚਲੇ ਗਏ ਸੀ। ਇੱਕ ਮੋਬਾਈਲ ਉਹਦਾ ਬਰਾਮਦ ਹੋ ਚੁੱਕਿਆ ਅਤੇ ਇੱਕ ਅਜੇ ਰਹਿੰਦਾ ਬਰਾਮਦ ਹੋਣ ਵਾਲਾ। ਜਦੋਂ ਗੱਡੀ ਖੋਣ ਆਇਆ ਸੀ ਉਹਦੇ ਨਾਲ ਗਨ ਪੁਆਇੰਟ ਤਾਂ ਖੋਈ ਸੀ, ਪਿਸਟਲ ਪੁਆਇੰਟ 'ਤੇ ਗੱਡੀ ਖੋਈ ਸੀ। ਉਹ ਪਿਸਟਲ ਅਜੇ ਸਾਨੂੰ ਬਰਾਮਦ ਨਹੀਂ ਹੋਇਆ ਕਿਉਂਕਿ ਚੌਥਾ ਦੋਸ਼ੀ ਅਰੈਸਟ ਹੋਣ ਵਾਲਾ, ਉਹਦੇ ਕੋਲੋਂ ਪਿਸਟਲ ਬਰਾਮਦ ਹੋਇਆ। ਜਿਹੜਾ ਚੌਥਾ ਦੋਸ਼ੀ ਉਹ ਕਿੱਥੋਂ ਦਾ ਰਹਿਣ ਵਾਲਾ ਸਰ? ਉਹ ਵੀ ਇੱਧਰ ਦਾ ਹੀ ਹੈ, ਸੁਲਤਾਨਵਿੰਡ ਰੋਡ ਦਾ ਹੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।